ਬੜਾ ਟਾਈਮ ਹੋ ਗਿਆ ਕਿ ਮੈਂ ਤੇ ਮੇਰਾ ਭਰਾ ਆਪਾਂ ਕੱਲੇ ਨਹੀਂ ਕਿਤੇ ਖਾਣ ਪੀਣ ਗਏ। ਅੱਛਾ ਮੈਂ ਹੈਗਾ ਅੰਸ਼ੂ ਹੋਣਾ ਦਾ ਡਰਾਈਵਰ। ਮੈਂ ਯਾਦੂ ਨੂੰ ਨਾ ਕਬਾਬ ਚਾਡੀ ਬਣਨ ਦੀ ਆਦਤ ਹੈ। ਸਾਡੇ ਰਾਵਣ ਜੀ ਹੋ ਚੁੱਕੇ ਤਿਆਰ। ਚੈੱਕ ਕਰੋ ਕਿੰਨੇ ਪਿਆਰੇ ਲੱਗ ਰਹੇ। ਮੈਂ ਲੋਡ ਮੈਂ ਬਹਿ ਕੇ ਖਾਣੀ ਗਿੱਜਿਆ। जिन्ना ज्यादा रोला पाओगे ना उन्ना ज्यादा अंशू नूं फेम मिलूगा, उन्नी ज्यादा इन विशेज आऊगी, उन्नी ज्यादा इन गिफ्ट आएंगे। ठीक है अंशू हो जाएगा रातों रात अमीर। अमीर आप सवेरे फॉर्च्यून कढ़ानी है। चलो इस बार जी गिफ्ट कच्चा ही दे दो यार, तुम्हारा कंटेंट बन जाएगा। बिल्कुल बिल्कुल गाइस, सो कमेंट करो कच्चा गैंग अंशू। हूं आप जा रहे हैं इस सड़क के किनारे, इस सड़क के किनारे आप पता कितने पुजना वा? नानी अम्मा के घर। नानी अम्मा के घर। नानी अम्मा तुम्हारा सूट बहुत ही सोहना लग रहा, प्रिंटेड ते लड्डू की होया सो गया। क्या बात है। सो गाइस यादू साढ़े ना पता नहीं क्यों चल गई है पर अपने लैके नहीं जाना सी, हर जगह आ जाती सा हर जगह कह लो कबाब च हड्डी है गाइस, बट कल कल कबाब की हड्डी है बाहर क्योंकि आप दोनों ने जाना पारी यार। आप बस दोनों ने पार्टी करना साडे दोनों की चिल, मतलब आप दोनों ना मैं तो मेरा भरा मतलब मैं मम्मी नो चल चुकी हूं, बबू ने भी चल गया ना सब हाँ। मतलब भाभी ने हाँ भाभी ने भी चिल किया ही पे, पर जेड़ा पर दोने ही गए ना बड़ा टाइम हो गया कि मैं ते मेरा भरा आपा कल्ले नहीं किते खान पीन गए। हां नाल ते आपा सोना नु भी लेके जा सकते बट उन्हें आपा लेके नहीं जाना। क्यों लेके जाना? क्योंकि यार वेस्ट ऑफ मनी हो जाने क्योंकि सोना कोई इना खादा नहीं आंदा, सोना नु आपा होर कोई ट्रीट दे देंगे बट जेडी ट्रीट आपा करन जानी है ना उसका मजा आऊगा। सो तुहानू हर एक डिलीशियस तो डिलीशियस चीज दिखावा कल वाले व्लॉग दे विच। फिलहाल आप जा रहे हैं नानी मम्मा नूं छड्डा जो कि साडी डेली रूटीन हैगी है जो कि साडी एक लाइफ दा मकसद है। मतलब नानी मम्मा हुण 9 दिन बाद आए ते हुण दी 9 दिन बाद वी सुनाण दे कि साडी डेली दी रूटीन है। हाय रब्बा नानी मम्मा मैं तां नेकरी भी गया बाबू ने ते तुसीं गया व्लॉग च ਉਪਰਾ ਵਲੌਗ ਚ ਗਿਆ ਸੀ ਸਾਡੀ ਡੇਲੀ ਦੀ ਰੂਟੀਨ ਹੈ ਨਾ ਨਿਓਂ ਛੱਡਣਾ ਉਹ ਤਾਂ ਜੋ ਜੋ ਸਾਡਾ ਕੰਮ ਉਹ ਤਾਂ ਪੱਕਾ ਹੈ ਨਾ ਕੰਮ ਇਹਦੇ ਪੈਸੇ ਮਿਲਦੇ ਤੁਹਾਨੂੰ। ਸੋ ਗਾਇਸ ਹੁਣ ਆਪਾਂ ਕਰੀ ਨਾਨੀ ਮੰਮਾ ਨੂੰ ਫੜਾਵਾ ਡ੍ਰੌਪ ਦੈਨ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ ਨਾਨੀ ਮੰਮਾ ਬਾਏ ਬਾਏ। ਸੋ ਗਾਇਸ ਨਾਨੀ ਮੰਮਾ ਨੂੰ ਮੈਂ ਕਰਦਾ ਡ੍ਰੌਪ ਪਰ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਸੀਟ ਬਹੁਤ ਜਲਦੀ ਚੇਂਜ ਹੋ ਗਈ ਹੈ ਤੇ ਅੱਛਾ ਮੈਂ ਹੈਗਾ ਅੰਸ਼ੂ ਹੋਣਾ ਦਾ ਡਰਾਈਵਰ। ਡਰਾਈਵਰ ਜੀ ਜਲਦੀ ਚੱਲੋ। ਸੋ ਗਾਇਸ ਆਪਾਂ ਜਾਣਾ ਵਾ ਟੀ-ਸ਼ਰਟ ਚੇਂਜ ਕਰਨ। ਐਕਚੁਅਲੀ ਮੇਰਾ ਸਾਈਜ਼ ਸੀਗਾ ਜੋ ਉਹ ਕਾਫੀ ਜ਼ਿਆਦਾ ਲੂਜ਼ ਆ ਗਿਆ ਸੀਗਾ ਯਾਰ। ਦੋਨੇ ਜਾ ਸਕਦੇ ਸੀ ਬਾਅਦ ਚੋਂ ਯਾਰ। ਐਨੂੰ ਉਹੀ ਕਹਿੰਦਾ ਮੈਂ ਯਾਦੂ ਨੂੰ ਨਾ ਕਬਾਬ ਚੱਡੀ ਬਣਨ ਦੀ ਆਦਤ ਹੈ। ਚਲੋ ਫਿਰ ਘਰ ਚੱਲੋ ਆਪ ਲੋਕ ਕੁਝ ਕਰਵਾ ਕੇ ਆ ਜਾਣਾ। ਹਮ ਤਾਂ ਕਰਵਾ ਹੀ ਆਏਗੇ ਭਾਈ, ਆਪਣੀ ਪਸੰਦ ਕੀ ਲੈ ਕੇ ਆਏਗੇ। ਸੁੰਦਰ ਸੀ, ਬਿਊਟੀਫੁਲ ਸੀ। ਮੰਮੀ ਨੂੰ ਗਾਣਾ ਕੱਢਣੀ ਹੈ ਫਿਰ ਯਾਰ। ਇਹਨੇ ਮੰਮੀ ਨੂੰ ਗਾਣਾ ਜੇ ਮੇਰੇ ਕੋ ਲੈ ਕੇ ਨਹੀਂ ਗਏ ਤਾਂ ਉਹਨੂੰ ਇਤਨੀ ਦੂਰ ਗਏ ਫਿਰ ਮੈਂ ਕੀ ਫਾਇਦਾ ਹੋਏਗਾ ਹਨਾ। ਸੋ ਮੈਂ ਚੁਗਲੀ ਲਗਾਉਂਗੀ ਆਪ ਕੀ ਯਾਰ, ਆਪ ਲੋਕੋ ਡਾਂਟ ਪੜੇ। ਕੋਈ ਬਾਤ ਨਹੀਂ ਬੇਟੇ, ਜਿਸ ਦਿਨ ਹਮਨੇ ਚੁਗਲੀਆਂ ਲਗਾਣੀ ਸ਼ੁਰੂ ਕਰਦੀ ਨਾ ਉਸ ਦਿਨ ਰੂਲ ਜਾਏਗੀ। ਸੋ ਗਾਇਸ ਹੁਣ ਆਪਾਂ ਨਾਨੀ ਮੰਮਾ ਨੂੰ ਡ੍ਰੌਪ ਕਰਤਾ ਵਾ, ਹੁਣ ਆਪਾਂ ਚੱਲੇ ਆਪਣੀ ਟੀ-ਸ਼ਰਟ ਚੇਂਜ ਕਰਾਉਣ। ਐਕਚੁਅਲੀ ਸਾਈਜ਼ ਦੀ ਥੋੜੀ ਜਿਹੀ ਪ੍ਰੋਬਲਮ ਆ ਗਈ ਸੀਗੀ। ਸੋ ਫਿਰ ਕੱਲ ਬਰਥਡੇ ਵੀ ਹੈਗਾ ਵਾ, ਦੁਸ਼ਹਿਰਾ ਵੀ ਹੈਗਾ ਵਾ। ਸੋ ਤਿਆਰ ਸ਼ਿਆਰ ਹੋਣਾ ਵਾ ਤੁਹਾਡੇ ਭਰਾ ਨੇ ਤੇ ਇੱਥੇ ਮਾੜੀ ਜਿਹੀ ਦਾੜੀ-ਦੁੜੀ ਵੀ ਸੈੱਟ ਕਰਾਣੀ ਹੈ। ਸੋ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ। ਸੋ ਗਾਇਸ ਸਾਡੇ ਰਾਵਣ ਜੀ ਹੋ ਚੁੱਕੇ ਤਿਆਰ ਹੋ ਕੇ ਦੇਖੋ ਤੇ ਰਾਵਣ ਮੇਘਨਾਥ ਕੁੰਕਰਨ ਦੇਖੋ ਤੈਨੂੰ। ਵਾਹ ਚੈੱਕ ਕਰੋ ਇਧਰ ਲੱਭਦੇ ਨੇ ਵਿੱਚ ਸੂਰਜ ਆਣ ਨੇ ਆ ਆ ਦੇਖੋ ਹੁਣ ਦੇਖੋ ਕਿੰਨੇ ਬੁੱਬ ਕੈਸੇ ਲੱਗ ਰਹੇ ਨੇ। ਵੀਡੀਓ ਕਾਲ ਕਰਕੇ ਬਤਾ ਦਿਓ ਦੀਦੀ, ਮੈਂ ਬੋਲ ਰਹੀ ਤੇ 1 ਮਿੰਟ ਰੁਕ ਜਾਓ ਪਲੀਜ਼, ਇੱਥੇ ਰੁਕਾਓ ਗਾੜੀ। ਵਲੌਗ ਦੇਖ ਲੈਣਾ ਨਾ ਕੱਲ। ਚੈੱਕ ਕਰੋ ਕਿੰਨੇ ਪਿਆਰੇ ਲੱਗ ਰਹੇ दशहरे लई रावण किन्ना सोहना तैयार होया। सो लाल पहाड़ी है, लाल पहाड़ी तो दशहरा जाना मेन हरीश होना वा। ठीक है ओथे क्योंकि गाइस ओथे बम्ब पेदे सीगे मेरे को पिछली दिवाली दे। अच्छा वो इंक्लूड करा दे विच। ठीक है रावण तुसीं देखिया सीगा थोड़ा ही तैयार होया सीगा, हुण प्रोपर ओथे कवर कवर लग गए आ ते प्रोपर तैयार हो गया वा। ਉਹ ਹੁਣ ਆਪਾਂ ਜਦੋਂ ਆਪਾਂ ਫ੍ਰੀ ਹੋਵਾਂਗੇ ਨਾ ਆਪਾਂ ਹੁਣ ਪਹਿਲਾਂ ਐਕਚੁਅਲੀ ਫ੍ਰੀ ਹੋ ਜੀ, ਫਿਰ ਉਸ ਤੋਂ ਬਾਅਦ ਤੁਹਾਨੂੰ ਰਾਵਣ ਵੀ ਦਿਖਾਵਾਂਗੇ, ਤੁਹਾਨੂੰ ਅਗਨੀ ਦਿੰਦੇ ਆ ਤੇ ਫਿਰ ਤੁਹਾਨੂੰ ਉਹ ਵੀ ਚੀਜ਼ ਦਿਖਾਵਾਂਗੇ। ਸੋ ਵਲੌਗ ਦੇ ਵਿੱਚ ਬਣੇ ਰਹੋ ਯਾਰ, ਵਲੌਗ ਦੇ ਵਿੱਚ ਬਣੇ ਰਹੋ। ਸੋ ਗਾਇਸ ਹੁਣ ਭਈਆ ਤੇ ਬੱਬੂ ਟੀ-ਸ਼ਰਟ ਚੇਂਜ ਕਰਾਣ ਗਏ ਆ। ਸਾਡਾ ਲੋੜ ਨਹੀਂ ਤੁਹਾਨੂੰ ਪਤਾ ਨਾ ਆਪਣੀ ਜਗ੍ਹਾ ਤੋਂ ਨਹੀਂ ਹਿੱਲਦਾ ਬਿਕੋਜ਼ ਮੈਂ ਕਹਿੰਗੇ ਆ ਆਮ ਲੋੜ। ਠੀਕ ਹੈ ਮੈਂ ਬਹਿ ਕੇ ਖਾਣੀ ਗਿੱਜਿਆ ਸਮਝੇ, ਆਨ ਦੋਨਾਂ ਨੂੰ ਫਿਰ ਮਿਲਦੇ ਆ। ਸੋ ਗਾਇਸ ਹੁਣ ਆਪਾਂ ਫਾਈਨਲੀ ਘਰ ਆ ਚੁੱਕੇ ਆ, ਘਰੇ ਆਂਦੇ ਹੀ ਆਪਾਂ ਖੇਲਣ ਚੱਲ ਗਏ ਸੀ ਤੇ ਆਪਾਂ ਵਾਲੀਬਾਲ ਵਗੈਰਾ ਖੇਲਿਆ ਤੇ ਬਹੁਤ ਥੱਕ ਗਏ, ਹੁਣ ਆਪਾਂ ਕਿਤੇ ਆਏ ਆ ਤੇ ਕੁਝ ਕਹੀ ਘੰਟੇ ਰਹਿ ਗਏ ਆ ਲੋੜ ਅੰਸ਼ ਤੇ ਜਨਮ ਦਿਨ ਲਈ। ਸੋ ਤੁਸੀਂ ਇੱਧਰ ਦੇਖ ਸਕਦੇ ਹੋ ਓਏ ਕੁੜੀਆਂ ਮਾਰੀ ਤੁਹਾਨੂੰ ਰੀਜ਼ਨ ਤੁਹਾਨੂੰ ਮਾਰਨ ਦਾ।
लाडी कर रहे मम्मा लाडी कर रहे लाडी ये प्यार हो रहा बाबू प्यार हो रहा आपके साथ। तो गाइस हूं आप बहुत ज्यादा थक गए हैं, बाकी मैं तुम्हें दसदा वैसे ही कुछ ही घंटे रह गए लोड अंचू के जन्म दिवस नू। सो गाइस कल का जो दिन होना वो इतिहास के कोरे बन्ने लिखा जाना है। सच्ची गल बाबी कोरे बन्ने लिखा ना लोग मेरी लोग मेनू पूजा करते मेरी लोग मेनू देखे ना खुश होंगे। आई एम लॉर्ड For no reason, good job. बस ऐसे भाभी हमेशा अपने तुहाडे मुंह चो ना मेरी तारीफ निकलनी चाहिए, उस तों अलावा कुछ नहीं। For no reason. मतलब कोई रीजन नहीं मेरे लोड होंदा, बस दा ही नेचुरल लोड। Oh my goodness. कैसे ऐसा होना चाहिए गाइस बंदे को कि हर नेगेटिविटी में भी पॉजिटिव चीज ढूंढ के अपने दिल से लगा के उसमें खुश हो जाए। सो गाइस मत तो देख सकते हो। हाय मतो क्या बात है, पूरी पापा दे गई थी एच दे पापा च बिल्कुल फर्क नहीं है। दोनों एक मतलब ये डायमंड है, पापा हीरा है, इन्ने सोने हैं ना दोनों, इन्ने के ज्यादा सोने हैं। क्योंकि और इसके पापा और भी ज्यादा गोरे हैं। बस अगर तुम कुछ और बोल देना छलांग मार के आना। ठीक है सो मैं बस ये कह सकता कि व्लॉग जिद्दां दा रही छोटा जा ही, इन्ना का व्लॉग ही इन्ना, लाइक मन चाहिए तो सब्सक्राइब, मैं चार घंटे रह गए सो मैं तो रोला ना पाओ, चार घंटे बाद मेरा बर्थडे है तो मैं बहुत ज्यादा एक्साइटेड हाँ, देखते मेरे बर्थडे से की होंगे। मैं बर्थडे लिए बहुत ज्यादा एक्साइटेड है, आई एम वेटिंग फॉर माय बर्थडे। बुबू कुछ मत करना यार, करना कुछ मत, मैं वैसे ही खुश हूँ, वैसे एक्साइटमेंट है यार, वैसे मैं खुश हूँ। हाँ बुबू मैं बर्थडे आ रहा है, क्या गिफ्ट दे रहे हो? कुछ नहीं चाहिए, आपने बोला कि पैसे दे दो चलेंगे, मेरे को चलेंगे। सो गाइस ए व्लॉग नु मैं कर लगा थे एंड का, थाने व्लॉग का मजू आया तो लाइक मेंशन करना ना भूलो, जिन्हें से कर ले मिलते थाने नए व्लॉग च, लाइक कर दो बाय कर दो, बाय कर दो बाय कर दो बाय।